ਪਰਿਵਾਰ ਵਾਲਿਆਂ ਨੇ ਇਹ ਜਗ੍ਹਾ ਗੁਰਦੁਆਰਾ ਸਾਹਿਬ ਨੂੰ ਨਹੀਂ ਦਿੱਤੀ ਤੇ ਪਰਿਵਾਰ ਦੁਖੀ ਰਹਿਣ ਲੱਗ ਗਿਆ। ਜਿਸ ਵੇਲੇ ਪਰਿਵਾਰ ਨੇ ਗੁਰਦੁਆਰਾ ਸਾਹਿਬ ਨੂੰ ਭੇਟ ਕੀਤੀ ਜਗ੍ਹਾ, ਅੱਜ ਪਰਿਵਾਰ ਵਿਦੇਸ਼ਾਂ ਦੀ ਧਰਤੀ ਤੇ ਸੁਖੀ ਵਸ ਰਿਹਾ ਹੈ। ਇਸ ਪੱਥਰ ਨੂੰ ਬਾਬਾ ਜੀ ਨੇ ਪਿੱਪਲ ਉੱਤੇ ਟੰਗ ਦਿੱਤਾ ਸੀ ਤੇ ਕਿਹਾ, ਜੇ ਕਿਸੇ ਵਿੱਚ ਹਿੰਮਤ ਹੈ ਤਾਂ ਲਾ ਲਓ। ਆਓ ਬਾਬਾ ਬੰਦਾ ਸਿੰਘ ਬਹਾਦਰ ਜੀ ਦੇ ਖਾਸ ਟਿਕਾਣੇ ਦੇ ਤੁਹਾਨੂੰ ਦਰਸ਼ਨ ਕਰਾਉਂਦੇ ਹਾਂ। ਗੁਰਦੁਆਰਾ ਸਾਹਿਬ ਦੀ ਖੁਦਾਈ ਸਮੇਂ ਸਿੰਘਾਂ ਦੇ ਬਹੁਤ ਹਥਿਆਰ ਇਸ ਅਸਥਾਨ ਤੋਂ ਮਿਲੇ। ਖੁਦਾਈ ਸਮੇਂ ਨਾਨਕਸ਼ਾਹੀ ਸਿੱਕੇ ਵੀ ਇਸ ਅਸਥਾਨ ਤੋਂ ਬਰਾਮਦ ਹੋਏ। ਆਓ ਤੁਹਾਨੂੰ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਾਉਂਦੇ ਹਾਂ। ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰ ਦਿਓ ਤਾਂ ਜੋ ਹੋਰ ਸੰਗਤਾਂ ਵੀ ਇਸ ਪਾਵਨ ਪਵਿੱਤਰ ਅਸਥਾਨ ਦੇ ਦਰਸ਼ਨ ਕਰ ਸਕਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਵਾਗਤ ਹੈ ਤੁਹਾਡਾ ਸਾਡੇ ਨਵੇਂ ਬਲੌਗ ਵਿੱਚ। ਆਸ ਕਰਦੇ ਹਾਂ ਤੁਸੀਂ ਸਾਰੇ ਚੜ੍ਹਦੀ ਕਲਾ ਵਿੱਚ ਹੋਵੋਗੇ, ਤੰਦਰੁਸਤ ਹੋਵੋਗੇ। ਅੱਜ ਆਪ ਜੀ ਦਰਸ਼ਨ ਕਰ ਰਹੇ ਹੋ ਇਤਿਹਾਸਕ ਅਸਥਾਨ ਗੁਰਦੁਆਰਾ ਬਾਬਾ ਬੰਦਾ ਸਿੰਘ ਜੀ ਬਹਾਦਰ। ਪਿੰਡ ਦਾ ਨਾਮ ਹੈ ਪਰਸਰਾਮਪੁਰ, ਜ਼ਿਲ੍ਹਾ ਜਲੰਧਰ ਵਿੱਚ ਇਹ ਪਾਵਨ ਪਵਿੱਤਰ ਅਸਥਾਨ ਹੈ। ਅਸਲ ਵਿੱਚ ਇਸ ਜਗ੍ਹਾ ਨੂੰ ਕਾਨੂੰਨੀ ਥੇ ਕਿਹਾ ਜਾਂਦਾ ਹੈ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਪਿਆਰੇ ਸਿੱਖ ਬਾਬਾ ਬੰਦਾ ਸਿੰਘ ਬਹਾਦਰ ਜੀ ਦੀ ਯਾਦ ਵਿੱਚ ਇਹ ਗੁਰਦੁਆਰਾ ਸਾਹਿਬ ਬਹੁਤ ਸੋਹਣਾ ਬਣਿਆ ਹੋਇਆ ਹੈ। ਆਪ ਜੀ ਨਾਲ ਨਾਲ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰੋ ਅਤੇ ਨਾਲ ਆਪਾਂ ਤੁਹਾਨੂੰ ਇੱਥੋਂ ਦਾ ਇਤਿਹਾਸ ਵੀ ਸਰਵਣ ਕਰਾਉਂਦੇ ਹਾਂ। ਇਤਿਹਾਸ ਵਿੱਚ ਜ਼ਿਕਰ ਆਉਂਦਾ ਹੈ, ਇਸ ਅਸਥਾਨ ਤੇ ਜਲੰਧਰ ਜੰਗ ਕਰਨ ਸਮੇਂ ਬਾਬਾ ਬੰਦਾ ਸਿੰਘ ਬਹਾਦਰ ਜੀਆਂ ਨੇ ਆਪਣੀ ਛਾਉਣੀ ਬਣਾਈ ਸੀ। ਦੱਸਦੇ ਹਨ ਇੱਥੇ 18 ਕਨਾਲਾਂ ਦੀ ਇੱਕ ਬਹੁਤ ਵੱਡੀ ਢਾਬ ਸੀ, ਜਿੱਥੇ ਅੱਜ ਕੱਲ੍ਹ ਪਵਿੱਤਰ ਸਰੋਵਰ ਬਣਾਇਆ ਗਿਆ ਹੈ। ਉਹ ਸਰੋਵਰ ਦੇ ਵੀ ਤੁਹਾਨੂੰ ਦਰਸ਼ਨ ਕਰਾਉਂਦੇ ਹਾਂ। ਬਾਬਾ ਬੰਦਾ ਸਿੰਘ ਬਹਾਦਰ ਜੀ ਨੇ ਜਦੋਂ ਸਰਹੰਦ ਨੂੰ ਫਤਿਹ ਕੀਤਾ ਤਾਂ ਮੁਗਲ ਸੈਫ ਅਲੀ ਅਤੇ ਫੈਜ਼ਲ ਖਾਂ ਨੇ ਜਲੰਧਰ ਦੇ ਨੇੜੇ ਤੇੜੇ ਦੇ ਉਹ ਪਿੰਡ, ਜਿਨ੍ਹਾਂ ਪਿੰਡਾਂ ਵਿੱਚ ਸੂਰਬੀਰ ਸਿੰਘ ਰਹਿੰਦੇ ਸਨ, ਉਹਨਾਂ ਦੇ ਬੱਚੇ ਰਹਿੰਦੇ ਸਨ, ਉਹਨਾਂ ਪਿੰਡਾਂ ਨੂੰ ਲੁੱਟ ਕੇ ਉੱਥੇ ਥੇ ਕਰ ਦਿੱਤਾ ਸੀ। ਗੁਰਦੁਆਰਾ ਸਾਹਿਬ ਦੇ ਨਾਲ ਕਾਨੂੰਨੀ ਵਾਲਾ ਥੇ ਉਸੀ ਵੇਲੇ ਦਾ ਹੈ। ਜਦੋਂ ਬਾਬਾ ਬੰਦਾ ਸਿੰਘ ਬਹਾਦਰ ਜੀ ਨੂੰ ਇਸ ਖਬਰ ਬਾਰੇ ਪਤਾ ਲੱਗਾ, ਬਾਬਾ ਬੰਦਾ ਸਿੰਘ ਬਹਾਦਰ ਜੀ ਨੇ ਪਹਾੜੀ ਰਾਜਿਆਂ ਨੂੰ ਸੋਧਾ ਲਾਉਣ ਉਪਰੰਤ ਦੁਆਬੇ ਵੱਲ ਰੁੱਖ ਕੀਤਾ। ਜਿਸ ਵੇਲੇ ਦੁਆਬੇ ਦੀ ਧਰਤੀ ਤੇ ਆਏ ਜਲੰਧਰ ਜੰਗ ਕਰਨ ਵੇਲੇ ਬਾਬਾ ਬੰਦਾ ਸਿੰਘ ਬਹਾਦਰ ਨੇ ਇਸ ਪਾਵਨ ਪਵਿੱਤਰ ਅਸਥਾਨ ਤੇ ਆਪਣੀ ਛਾਉਣੀ ਬਣਾਈ ਸੀ। ਆਪ ਜੀ ਜੋ ਸਾਹਮਣੇ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰ ਰਹੇ ਹੋ, ਇਹ ਗੁਰਦੁਆਰਾ ਸਾਹਿਬ ਦੀ ਨੀਂਹ ਬੱਬਰ ਲਹਿਰ ਦੇ ਮੋਢੀ ਮਾਸਟਰ ਮੋਤਾ ਸਿੰਘ ਜੀ ਨੇ 1929 ਵਿੱਚ ਰੱਖੀ ਸੀ। ਆ ਜੋ ਆਪ ਜੀ ਸਾਹਮਣੇ ਗਾਗਰ ਵੇਖ ਰਹੇ ਹੋ, ਸੇਵਾਦਾਰ ਸਾਨੂੰ ਦੱਸ ਰਹੇ ਸਨ, ਕਹਿੰਦੇ ਇਹ ਗਾਗਰ ਜਦੋਂ ਇਸ ਅਸਥਾਨ ਦੀ ਖੁਦਾਈ ਹੋਈ ਉਸ ਵੇਲੇ ਇਹ ਗਾਗਰ ਮਿਲੀ ਸੀ ਜੋ ਸਾਂਭ ਕੇ ਰੱਖੀ ਹੋਈ ਆ। ਤੇ ਆਓ ਸੰਗਤ ਜੀ ਹੁਣ ਤੁਹਾਨੂੰ ਸਰੋਵਰ ਦੇ ਦਰਸ਼ਨ ਕਰਾਉਂਦੇ ਹਾਂ। ਸਾਹਮਣੇ ਆਪ ਜੀ ਸਰੋਵਰ ਦੇ ਦਰਸ਼ਨ ਕਰ ਰਹੇ ਹੋ। ਇਹ ਸਰੋਵਰ 18 ਕਨਾਲਾਂ ਢਾਬ ਤੇ ਬਣਿਆ ਹੋਇਆ ਹੈ। ਸਰੋਵਰ ਪਹਿਲਾਂ ਕੱਚਾ ਸੀ, ਬਾਬਾ ਨਿਹਾਲ ਸਿੰਘ ਹਰੀਆਂ ਵੇਲਾਂ ਵਾਲਿਆਂ ਨੇ ਇਹ ਪਾਵਨ ਪਵਿੱਤਰ ਸਰੋਵਰ ਨੂੰ ਪੱਕਿਆਂ ਕਰਵਾਇਆ। ਗੁਰਦੁਆਰਾ ਸਾਹਿਬ ਦਾ ਵਿਹੜਾ ਬਹੁਤ ਖੁੱਲ੍ਹਾ ਹੈ। ਸਾਹਮਣੇ ਆਪ ਜੀ ਭੋਰਾ ਸਾਹਿਬ ਦੇ ਦਰਸ਼ਨ ਕਰ ਰਹੇ ਹੋ। ਇਸ ਭੋਰਾ ਸਾਹਿਬ ਅੰਦਰ ਬਾਬਾ ਬੰਦਾ ਸਿੰਘ ਬਹਾਦਰ ਜੀ ਦੀ ਤਸਵੀਰ ਰੱਖੀ ਹੋਈ ਆ। ਦੱਸਦੇ ਹਨ ਬਾਬਾ ਬੰਦਾ ਸਿੰਘ ਬਹਾਦਰ ਜੀ ਆਪਣਾ ਹਰ ਰੋਜ਼ ਦਾ ਨਿਤਨੇਮ ਭਜਨ ਬੰਦਗੀ ਇਸ ਪਾਵਨ ਪਵਿੱਤਰ ਅਸਥਾਨ ਤੇ ਬਹਿ ਕੇ ਕਰਿਆ ਕਰਦੇ ਸਨ। ਸੇਵਾਦਾਰ ਵੀਰ ਦੱਸ ਰਹੇ ਸਨ ਇਸ ਜਗ੍ਹਾ ਤੇ ਬਹੁਤ ਵੱਡਾ ਪਿੱਪਲ ਸੀ, ਉਹ ਪਿੱਪਲ ਨੂੰ ਵੱਢ ਕੇ ਹੁਣ ਇੱਥੇ ਭੋਰਾ ਸਾਹਿਬ ਬਣਾਇਆ ਗਿਆ ਹੈ। ਭੋਰਾ ਸਾਹਿਬ ਦੇ ਨਾਲ ਹੁਣ ਛੋਟੇ ਛੋਟੇ ਪਿੱਪਲ ਹੋਰ ਲਾਏ ਗਏ ਹਨ। ਆਓ ਹੁਣ ਤੁਹਾਨੂੰ ਇੱਕ ਹੋਰ ਇੰਟਰਸਟਿੰਗ ਚੀਜ਼ ਦਿਖਾਉਂਦੇ ਹਾਂ ਜਿਸ ਨੂੰ ਦੇਖ ਕੇ ਤੁਸੀਂ ਵੀ ਹੈਰਾਨ ਹੋ ਜਾਓਗੇ। ਇਹ ਚੀਜ਼ ਵੇਖ ਕੇ ਫਿਰ ਆਪਾਂ ਕਾਨੂੰਨੀ ਥੇ ਵਾਲੇ ਥਾਂ ਤੇ ਜਾਂਦੇ ਹਾਂ, ਫਿਰ ਤੁਹਾਨੂੰ ਉਹਦੇ ਦਰਸ਼ਨ ਕਰਾਉਂਦੇ ਹਾਂ। ਜਿਹੜੀ ਗੱਲ ਅਸੀਂ ਤੁਹਾਨੂੰ ਦੱਸਣ ਲੱਗੇ ਹਾਂ ਸ਼ਾਇਦ ਤੁਸੀਂ ਵੀ ਯਕੀਨ ਨਾ ਕਰੋ, ਪਰ ਆ ਵੇਖੋ ਸਾਹਮਣੇ ਲਿਖਿਆ ਹੋਇਆ ਹੈ ਇਸ ਅਸਥਾਨ ਤੇ ਘੋਲ ਹੁੰਦੇ ਸਨ। ਪਿੰਡ ਧੰਨੋਵਾਲੀ ਦੇ ਬਾਬਾ ਬਰਿਆਮ ਸਿੰਘ ਜੀ ਹੋਏ ਆ।
ਲਿਖਿਆ ਹੋਇਆ ਹੈ ਜੋ ਤੁਸੀਂ ਸਾਹਮਣੇ ਵੱਡਾ ਪੱਥਰ ਵੇਖ ਰਹੇ ਹੋ, 125 ਮਣ ਕੱਚੇ ਦਾ ਵੱਡਾ ਪੱਥਰ ਆਪਣੀ ਛਾਤੀ ਤੇ ਰੱਖ ਕੇ ਦੂਜੇ ਪਾਸੇ ਪਲਟ ਦਿੰਦੇ ਸਨ। ਸਾਡੇ ਸੋਚਣ ਤੋਂ ਪਰੇ ਦੀਆਂ ਗੱਲਾਂ ਹਨ ਜੀ। 4 ਫੁੱਟ ਚੌੜਾਈ ਹੈ, 2 ਫੁੱਟ ਦੀ ਲਗਭਗ ਉਚਾਈ ਹੈ। ਹੈਰਾਨੀ ਦੀ ਗੱਲ ਹੈ ਇੰਨਾ ਚੌੜਾ ਪੱਥਰ ਆਪਣੀ ਛਾਤੀ ਤੇ ਰੱਖਣਾ ਤੇ ਦੂਜੇ ਪਾਸੇ ਪਲਟ ਦੇਣਾ। ਧੰਨ ਹਨ ਸਾਡੇ ਬਜ਼ੁਰਗ। ਤੇ ਇੱਕ ਗੱਲ ਹੋਰ ਇੱਥੇ ਲਿਖੀ ਆ, ਜੋ ਪੱਥਰ ਦੇ ਨਾਲ ਤੁਸੀਂ ਪੁੜ ਪਿਆ ਵੇਖ ਰਹੇ ਹੋ ਨਾ, ਇਹ ਪੁੜ ਨੂੰ ਇੱਕ ਹੱਥ ਦੇ ਨਾਲ ਬਾਬਾ ਬਰਿਆਮ ਸਿੰਘ ਜੀ ਚੁੱਕ ਲੈਂਦੇ ਸਨ। ਕਹਿੰਦੇ ਜਦੋਂ ਉਹਨਾਂ ਦਾ ਅੰਤਲਾ ਸਮਾਂ ਆਇਆ, ਇਹ ਪੁੜ ਨੂੰ ਆਪਣੀ ਬਾਂਹ ਵਿੱਚ ਪਾ ਕੇ ਇੱਥੇ ਬਹੁਤ ਵੱਡਾ ਜਿਹੜਾ ਪਿੱਪਲ ਸੀ ਉਹਦੇ ਉੱਤੇ ਟੰਗ ਦਿੱਤਾ ਸੀ ਤੇ ਆਖਿਆ ਜਿਹਦੇ ਵਿੱਚ ਹਿੰਮਤ ਹੋਈ ਤੇ ਉਹ ਲਾ ਲਿਓ। ਤੇ ਸੰਗਤ ਜੀ ਉਹ ਕਿਸੇ ਕੋਲ ਲਾਇਆ ਨਹੀਂ ਸੀ ਗਿਆ, ਜਦੋਂ ਪਿੱਪਲ ਨੂੰ ਵੱਢਿਆ ਤਾਂ ਉਹ ਪੁੜ ਥੱਲੇ ਆਇਆ। ਸਰਦਾਰਾਂ ਸੂਰਵੀਰਾਂ ਦੀ ਕੌਮ ਅੱਜ ਲਾਚਾਰਾਂ ਦੀ ਕੌਮ ਬਣਦੀ ਜਾ ਰਹੀ ਆ, ਸੋਚਣ ਦੀ ਲੋੜ ਹੈ। ਧੰਨ ਹਨ ਭਾਈ ਬਰਿਆਮ ਸਿੰਘ ਜੀ। ਸੰਗਤ ਜੀ ਆਓ ਹੁਣ ਤੁਹਾਨੂੰ ਉਹ ਕਾਨੂੰਨੀ ਥੇਹ ਦੇ ਦਰਸ਼ਨ ਕਰਾਉਂਦੇ ਹਾਂ। ਜੋ ਆਪ ਜੀ ਸਾਹਮਣੇ ਹੁਣ ਅਸਥਾਨ ਦੇ ਦਰਸ਼ਨ ਕਰਨ ਜਾ ਰਹੇ ਹੋ, ਸੇਵਾਦਾਰ ਵੀਰ ਨੇ ਸਾਨੂੰ ਦੱਸਿਆ ਇਸ ਪਾਵਨ ਪਵਿੱਤਰ ਅਸਥਾਨ ਤੇ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਵੀ ਆਏ ਸਨ। ਭਾਈ ਸਾਹਿਬ ਹੁਣਾਂ ਨੇ ਸਾਨੂੰ ਦੱਸਿਆ ਇਸ ਪਾਵਨ ਪਵਿੱਤਰ ਅਸਥਾਨ ਤੇ ਪਹਿਲਾਂ ਗੁਰਦੁਆਰਾ ਸਾਹਿਬ ਬਣਨਾ ਸੀ, ਪਰ ਜਿਨ੍ਹਾਂ ਦੇ ਕੋਲ ਇਹ ਜ਼ਮੀਨ ਸੀ ਉਹਨਾਂ ਨੇ ਇਹ ਜ਼ਮੀਨ ਛੱਡੀ ਨਹੀਂ। 100 ਸਾਲ ਪਹਿਲਾਂ ਦੀ ਗੱਲ ਤੁਹਾਨੂੰ ਦੱਸ ਰਹੇ ਹਾਂ। ਜਿੱਥੇ ਆਪਾਂ ਦਰਸ਼ਨ ਕਰਕੇ ਆਏ ਹਾਂ, ਪਿੰਡ ਵਾਲਿਆਂ ਨੇ ਉਹ ਜ਼ਮੀਨ ਫਿਰ ਦੇ ਦਿੱਤੀ ਸੀ, ਫਿਰ ਉਸ ਜਗ੍ਹਾ ਤੇ ਗੁਰਦੁਆਰਾ ਸਾਹਿਬ ਬਣ ਗਿਆ। ਕਹਿੰਦੇ ਸਮਾਂ ਬੀਤਦਾ ਗਿਆ, ਜਿਸ ਵੇਲੇ ਉਸ ਅਸਥਾਨ ਤੇ ਗੁਰਦੁਆਰਾ ਸਾਹਿਬ ਬਣ ਗਿਆ, ਇਹ ਪਰਿਵਾਰ ਕੋਲ ਜਿਹੜੀ ਜਗ੍ਹਾ ਸੀਗੀ ਉਹ ਪਰਿਵਾਰ ਦੇ ਮੈਂਬਰ ਬਿਮਾਰ ਰਹਿਣ ਲੱਗ ਗਏ, ਔਖੇ ਸਮੇਂ ਵਿੱਚ ਆ ਗਏ ਤੇ ਆਖਰਕਾਰ ਉਹਨਾਂ ਨੂੰ ਇਹ ਜਗ੍ਹਾ ਛੱਡ ਕੇ ਇੱਥੋਂ ਜਾਣਾ ਪਿਆ। ਜਿਸ ਵੇਲੇ ਉਹਨਾਂ ਨੇ ਇਹ ਜਗ੍ਹਾ ਛੱਡ ਦਿੱਤੀ, ਫਿਰ ਤੰਦਰੁਸਤ ਹੋ ਗਏ, ਫਿਰ ਕੰਮ ਕਾਰ ਉਹਨਾਂ ਦੇ ਵਧੀਆ ਚੱਲਣ ਲੱਗ ਗਏ। ਖੈਰ ਅੱਜ ਇਸ ਪਾਵਨ ਪਵਿੱਤਰ ਅਸਥਾਨ ਤੇ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਪ੍ਰਕਾਸ਼ ਨਹੀਂ ਹੈ, ਪਰ ਸਾਲ ਵਿੱਚ ਇੱਕ ਵਾਰ ਜਦੋਂ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਜੀ ਦਾ ਸ਼ਹੀਦੀ ਦਿਹਾੜਾ ਹੁੰਦਾ ਹੈ, ਇਸ ਪਾਵਨ ਪਵਿੱਤਰ ਅਸਥਾਨ ਤੇ ਅਖੰਡ ਪਾਠ ਸਾਹਿਬ ਆਰੰਭ ਹੁੰਦੇ ਹਨ, ਗੁਰਮਤਿ ਸਮਾਗਮ ਸਜਦੇ ਹਨ ਤੇ ਉਹ ਪਰਿਵਾਰ ਖੁਦ ਵਿਦੇਸ਼ਾਂ ਤੋਂ ਆ ਕੇ ਇੱਥੇ ਸੇਵਾ ਕਰਦਾ ਹੈ। ਤੇ ਸੰਗਤ ਜੀ ਵੇਖੋ, ਸ਼ਹੀਦਾਂ ਦੀ ਕਿਰਪਾ, ਕੋਈ ਮੰਨੇ ਚਾਹੇ ਨਾ ਮੰਨੇ, ਪਰਿਵਾਰ ਅੱਜ ਸੁਖੀ ਵਸ ਰਿਹਾ ਹੈ, ਚੜ੍ਹਦੀ ਕਲਾ ਵਿੱਚ ਹੈ। ਉਹ ਸਾਹਮਣੇ ਤੁਹਾਨੂੰ ਝਾੜੀਆਂ ਦੇ ਓਹਲੇ, ਦਰਖਤਾਂ ਦੇ ਓਹਲੇ ਉਹ ਗੁਰਦੁਆਰਾ ਸਾਹਿਬ ਵਿਖ ਰਿਹਾ ਜਿੱਥੇ ਅਸੀਂ ਦਰਸ਼ਨ ਕਰਕੇ ਆਏ ਹਾਂ, ਤੇ ਇਹ ਅਸਥਾਨ ਤਕਰੀਬਨ ਲਾਗੇ ਹੀ ਬਣਿਆ ਹੋਇਆ ਹੈ, ਜਿਸ ਨੂੰ ਕਾਨੂੰਨੀ ਥੇਹ ਵਾਲੀ ਥਾਂ ਕਿਹਾ ਜਾਂਦਾ ਹੈ। ਸੋ ਇਹ ਸੀ ਅੱਜ ਦਾ ਬਲੌਗ। ਜੇ ਤੁਹਾਨੂੰ ਬਲੌਗ ਵਧੀਆ ਲੱਗਿਆ, ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰ ਦਿਓ। ਕਿੱਥੋਂ ਆਪ ਜੀ ਸਾਡੀ ਵੀਡੀਓ ਵੇਖ ਰਹੇ ਹੋ, ਕਮੈਂਟ ਬਾਕਸ ਵਿੱਚ ਜ਼ਰੂਰ ਲਿਖਿਓ ਜੀ। ਅਗਲੇ ਵਲੌਗ ਵਿੱਚ ਜਲਦ ਮਿਲਦੇ ਹਾਂ, ਇੱਥੇ ਹੀ ਬੁਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।